ਵੀ ਦਰਜਨ ਦੀ ਹੈ, ਦਵਾਈਆਂ ਨਾਲ ਵੀ ਦਰਜਨ ਦੀ ਹੈ, ਪ੍ਰਮਾਣ ਦੀ ਅੰਤਰਸ਼ਕਰਨ ਹੈ, ਗੁਰੂ ਖਾਤ ਨਾਮ ਹੈ। ਗ੍ਰੰਥਕਾਰ ਨੇ ਲਿਖਿਆ ਸਿਰ ਚ ਦਵੀ ਹੁੰਦੀ, ਕਿਸੇ ਦੁੱਧ ਦੇ ਕਿਸੇ ਦੌੜੀ ਪਾਣੀ ਦੇ ਜਗ੍ਹਾ ਜਾ ਕੇ ਪਾਣੀ ਨਹੀਂ ਪੀ ਸਕਦਾ ਮੂੰਹ ਨਾਲ, ਉਸਨੂੰ ਸਰਾਬ ਹੋਇਆ ਹੋਵੇ। ਪੁਰਾਣੇ ਸਿਆਣੇ ਲੋਕ ਕਹਿੰਦੇ ਕਿ ਇਹਨਾਂ ਦੇ ਕੋਲੋਂ ਜਿਹਨੇ ਇਹਨੂੰ ਦੁਨੀਆਂ ਮਿਲੀ ਹੈ ਤੇ ਦੁਨੀਆਂ ਤਾਰੀਖ ਮਿਲੀ ਹੈ, ਇਸਨੇ ਉਸਨੂੰ ਪਿਆਸੇ ਮਾਰੇ, ਉਸਨੂੰ ਪਾਣੀ ਆਪਣੀਆਂ ਮਰਜ਼ੀਆਂ ਪਾਉਂਦਾ ਰਿਹਾ, ਇਸਨੇ ਜੁਨੀ ਹੁਣ ਮਿਲੀ ਹੈ, ਉਹਦੇ ਸਿਰ ਚ ਗਈ ਹੈ ਬੇਟੀ ਜੀ ਦੇ ਸਾਹ, ਉਹ ਮੂੰਹ ਨਾਲ ਪਾਣੀ ਨਹੀਂ ਦਿੱਤੀ। ਬਾਬਾ ਜੀ ਕਹਿੰਦੇ ਪੂਰੀ ਜਿਹੜੀ ਤੇਰੀ ਮਨ ਦੀ ਪਿਆਸ ਹੈ, ਜਦ ਉਹ ਗਰਮੀਆਂ ਹੋਈਆਂ ਤਾਂ ਗਰਮੀਆਂ ਲੱਗਦੀਆਂ, ਜਗ੍ਹਾ ਜਗ੍ਹਾ ਸਾਧਨ ਮੋਟਰ ਲੱਗਦੀਆਂ, ਇੰਜਣ ਲੱਗ ਗਏ, ਨਵੀਆਂ ਨਾਲੇ ਹੋ ਗਏ, ਮਿਹਨਤ ਕਰਦੀਆਂ, ਕੋਈ ਸਮਾਂ ਨਹੀਂ, ਗਿਆਰਾਂ ਬੱਜਾ ਨੇ ਬੀਂਡੇ ਬੋਲਣੇ ਦੋ ਵਜੇ ਤੱਕ ਕੰਨ ਕੰਨ ਦੇ ਸਿਰ ਸੁਣਦੀ ਵਾਰ ਇਹੀ ਕਹਿਣਾ ਕਿ ਹੇ ਪਰਮੇਸ਼ਰ, ਹੇ ਕਾਲ ਪੁਰਖ, ਜਿਹੜੀ ਜਿਹਤੇ ਪ੍ਰਗਿਆ ਹੋਊਗੀ ਇਸ ਨੂੰ ਬਖਸ਼ਣ ਵਾਲਾ ਕੋਈ ਸੰਸਾਰ ਤੇ ਨਹੀਂ ਹੋ, ਜਿਹਨੂੰ ਮੇਰੇ ਪ੍ਰਗਿਆ ਹੋ ਗਈ, ਮੇਰੇ ਪਾਠ ਹੋ ਗਿਆ, ਮੈਂ ਉਹਨਾਂ ਪਾਣੀ ਨੂੰ ਪੀ ਸਕਦਾ, ਉੱਤੋਂ ਸਵਾਲ ਗੂੰਜ ਵਰਸੂਗੀ ਤਦ ਵੀ ਮੇਰਾ ਮਨ ਠੰਡਾ ਹੋਊਗਾ, ਉੱਤੋਂ ਪਿਣੀਆਂ ਪੈਣਗੀਆਂ ਤੇ ਮੇਰੇ ਦਿਮਾਗ ਚ ਪਾਣੀ ਪਊ, ਮੇਰੇ ਅੰਦਰ ਜਾਊ ਤਾਂ ਠੰਡਾ ਹੋਊਗਾ। ਸਹਿਬ ਜੀ ਕਹਿੰਦੇ ਬਾਬਾ ਪੀ ਸਾਹਿਬ ਜੀ ਇਹ ਮਨ ਕਿਉਂ ਵੀ ਲੱਭ, ਕਿਉਂ ਵੀ ਜਿਵੇਂ ਪਪੀਹਾ ਨਹੀਂ ਟਿਕਦਾ, ਪਿਆਸ ਵਾਸਤਾ ਮੇਰੀ ਪਿਆਸ ਲੱਗ ਜਾਵੇ, ਜਿਹੜੀ ਤੇਰੀ ਮਨ ਦੀ ਪਿਆਸ ਹੈ ਉਹ ਨਹੀਂ ਅਨਸਾਰੀਅਤ ਪੁਸਤਕ ਦੀ ਪੀਣਾ ਵਾਹਿਗੁਰੂ ਦੇ ਨਾਮ, ਆਪਣੀ ਸਭ ਤੋਂ ਪਰੇ ਕੀਤੀ ਹੋਈ ਹੈ ਆਪਣੀ ਯਾਦ ਵਾਸਤੇ, ਕਹਿੰਦੇ ਜਿਹਨੂੰ ਸਭ ਤੋਂ ਦੇਰ ਹੈ ਉਹ ਧਿਆਨ ਮੈਂ ਆ ਗਈ, ਫਿਰ ਦੂਰ ਹੋ ਗਏ, ਸ਼ਿਕਾਰ ਗਿਰੀਆਂ ਉੱਤੇ ਰੱਖਣੇ ਰਹੀਆਂ ਜਿਹੜੀਆਂ ਇੱਕ ਹੀ ਅਸੀਂ
Yeah.
ਨਾਮ ਜਪਿਆ ਕਰ ਜੋ ਦੁਨੀਆਂ ਦੀ ਹਵਾ ਲੱਗੀ ਸਾਰੇ ਕੰਮ ਕਰਦਾ ਸੰਸਾਰ ਦੇ ਸਾਥ ਜਿਵੇਂ ਦੁਨੀਆਂ ਦੇ ਧੰਦੇ ਬੰਦੇ ਨੇ ਬੰਦਾ ਹੀ ਕਰਦਾ ਪਰ ਸਹਿਜ ਦੀ ਪ੍ਰਮਾਣ ਦੇ ਕੇ ਰੱਬ ਨੂੰ ਵਿਸਰ ਜਾਂਦਾ ਰੱਬ ਨੂੰ ਭੁੱਲ ਜਾਂਦਾ ਜਿਹਨਾਂ ਬੈਠੇ ਕਰਕੇ ਆਇਆ ਹੈ ਉਸ ਉਹੀ ਭੁੱਲ ਜਾਂਦਾ ਮਹਾਰਾਜ ਜੀ ਕਹਿੰਦੇ ਹਰ ਵਿਸਰੇ ਸਦਾ ਖੁਆਰ ਹੀ ਤੂੰ ਤਾਂ ਹੀ ਸੰਸਾਰ ਤੇ ਖੁਆਰ ਹੁੰਦਾ ਫਿਰਦਾ ਹੈ ਇਨਸਾਨ ਤੂੰ ਪੈਦਾ ਕਰ ਗਿਆ ਪਰਮੇਸ਼ਰ ਹੈ ਵਾਹਿਗੁਰੂ ਮੈਂ ਤੇਰਾ ਨਾਮ ਜਪਿਆ ਕਰੂੰਗੀ ਇਹਨੂੰ ਇੱਕ ਪੁੱਤਰ ਦੱਸਦਾ ਤੈਨੂੰ ਇਹ ਪੱਤਾ ਗ੍ਰੰਥ ਲੱਗਿਆ ਹੋਇਆ ਤੂੰ ਨਾਮ ਨਹੀਂ ਜਪਦਾ ਗੁਰੂ ਘਰ ਇਹ ਚ ਦੋਸ਼ ਹੈ ਇਸ ਕਰਕੇ ਸਾਥ ਗੁਰੂ ਨਾਨਕ ਦੇਵ ਅੰਤਰਜਾਮੀ ਗੁਰੂ 48 ਸਾਲ ਸਾਨੂੰ ਇਹ ਸੂਚਨਾ ਕੀਤੀ ਹੈ ਇਨਸਾਨ ਵਾਸਤੇ ਬੰਦਗੀ ਹੈ ਬੰਦਾ ਨਾਮ ਹੈ ਬੰਦਗੀ ਦਾ ਬੰਦਾ ਜੀ ਸੰਸਾਰ ਤੇ ਆਇਆ ਮੈਂ ਕੱਲ ਵੀ ਬੇਨਤੀ ਕੀਤੀ ਦੁਨੀਆਂ ਚ ਦੁਨੀਆਂਦਾਰਾਂ ਵਰਗਾ ਰਹਿਣ ਵਾਸਤੇ ਤੇ ਕਿਰਤ ਕਰਕੇ ਖਾਣ ਵਾਸਤੇ ਤੇ ਰੱਬ ਦੀ ਧਰਤੀ ਕਰਨ ਇਹਨਾਂ ਕੰਮਾਂ ਵਾਸਤੇ ਇਨਸਾਨ ਆਇਆ ਦੁਨੀਆਂ ਚੌਥਾ ਕੰਮ ਤਾਂ ਗਲਤ ਹੈ ਸ਼ਾਸ਼ਨ ਚੌਥੇ ਤਾਂ ਪੱਧਰ ਨੇ ਗੁਨਾਹ ਨੇ ਕੋਈ ਜਿੰਨੇ ਮਰਜ਼ੀ ਕਰ ਲਵੋ ਗੁਨਾਹ ਨਹੀਂ ਇਹ ਵੀ ਇਨਸਾਨੀਅਤ ਨੂੰ ਧਾਰੀਆਂ ਪੈਂਦੀ ਚਲੋ ਕੋਈ ਵੀ ਕੁਛ ਹੈ ਇਸ ਸੰਸਾਰ ਦੀ ਯਾਤਰਾ ਕਰਦੇ ਤੁਰੇ ਆਉਂਦੇ ਆ ਆਪਣੇ ਸਫ਼ਰ ਦੇ ਵਿੱਚ ਵੀ ਸੰਗਤ ਹੋਣੀ ਗੁਰੂ ਦੀ ਪ੍ਰਾਪਤੀ ਹੋਣੀ ਇਹੀ ਇਨਸਾਨ ਨੂੰ ਮੁਸ਼ਕਿਲ ਰੱਖਦਾ ਸੰਗਤ ਹੋਣੀ ਬ੍ਰਹਮੇ ਮਹਾਂਪੁਰਸ਼ਾਂ ਦੀ ਉਸ ਤੋਂ ਬਾਅਦ ਤੇ ਗੁਰੂ ਦੀ ਪ੍ਰਾਪਤੀ ਹੋ ਜਾਣੀ ਇਹ ਵੱਡੇ ਭਾਗਿਆ ਲੋਕਾਂ ਦਾ ਕਰਮ ਹੈ ਨਹੀਂ ਸੰਗਤ ਨਹੀਂ ਮਿਲਦੀ ਸਰ ਦੁਨੀਆਂ ਬਹੁਤ ਭੜਕਦੀ ਫਿਰਦੀ ਹੈ ਪਹਿਲਾਂ ਸੰਗਤ ਹੁੰਦੀ ਹੈ ਪਿੱਛੋਂ 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 ਕਸੋਲੇ ਨਿਕਲ ਆਉਂਦਾ ਕਰਦੇ ਨੇ ਜਾਣਦੇ ਨਹੀਂ ਕੁਛ ਇਸ ਕਰਕੇ ਸਰ ਸਤ ਪੁਰਸ਼ਾਂ ਦੀ ਸੰਗਤ ਇਹ ਜੀਵ ਨੂੰ ਭਗਤਾ ਤੋਂ ਪ੍ਰਪਾਰ ਕਰਦੀ ਦੁਨੀਆਂ ਖਾਣੀ ਮਕਾਨ ਹੈ ਇਹ ਦੁਨੀਆਂ ਰਹਿਣ ਵਾਲੀ ਨਹੀਂ ਹੈ ਜੇ ਕਹੋ ਸਦਾ ਆਵਾਜ਼ ਚ ਰਹੋ ਤੁਹਾਡੇ ਘਰਾਂ ਚ ਦੁਨੀਆਂ ਆਉਂਦੀ ਹੈ ਘਰਾਂ ਚ ਪਲਦੀ ਹੈ ਸ਼ਾਦੀ ਸ਼ੁਦਾ ਹੁੰਦੇ ਨੇ ਘਰਾਂ ਚ ਆਉਂਦੇ ਨੇ ਬੱਚੀਆਂ ਬੱਚੇ ਆਉਂਦੇ ਨੇ ਤੇ ਤੁਹਾਡੇ ਦਾਹ ਚਰਨ ਵਾਸਤੇ ਵੀ ਨਿਆਰੀ ਜਗ੍ਹਾ ਹੁੰਦੀ ਹੈ ਤੇ ਦਾਹ ਚਰਨ ਇਹ ਦੁਨੀਆਂ ਗੁਨਾਹ ਦਾ ਮਕਾਨ ਹੈ ਸਾਫ਼ ਇਸ ਨੂੰ ਕਾਨੂੰਨ ਨਹੀਂ ਮੰਨਦਾ ਇਸ ਨੂੰ ਸੱਚ ਮੰਨਦਾ ਸੱਚ ਮੰਨਦਾ ਸਾਰੀ ਜ਼ਿੰਦਗੀ ਆਪਣੀ ਨਿਕਲ ਜਾਂਦੀ ਹੈ ਸਾਰੀ ਉਮਰ ਨਿਕਲ ਜਾਂਦੀ ਹੈ ਜਿਹੜੇ ਕੰਮੀ ਲੱਗੇ ਆ ਕੋਈ ਉਹਨਾਂ ਕੰਮਾਂ ਵਿੱਚ ਜ਼ਿੰਦਗੀ ਬਸਰ ਕਰਕੇ ਰੱਖ ਅੰਤਰਜਾਮੀ ਗੁਰੂ ਨੂੰ ਧੂਣੀਆਂ ਮਿਲਿਆ ਸਰ ਨਮਸਕਾਰ ਕੀਤਾ ਜਿਹੜੇ ਵਸਤਰ ਪਾਏ ਹੁੰਦੇ ਪਿਓਰਾਂ ਦੇ ਉਹ ਜੇ ਵਸਤਰ ਪਾਏ ਆਪਣੀ ਸਫ਼ਰ ਆਪਣੀ ਤਿਆਰੀ ਉਹ ਕੋਲ ਹੈ ਨਮਸਕਾਰ ਬੜੇ ਪਿਆਰ ਨਾਲ ਮਹਾਂਪੁਰਖ ਮਿਲੇ ਨੇ ਸਰ ਸ਼ਹਿਰ ਜੀ ਗੁਰਬਾਣੀ ਜੀ ਫਰਮਾਉਂਦੇ ਆ ਪਿਆਰ ਨਾਲ ਕਰੀਏ ਪਾਈਆ ਗੁਰਪੁਰਬ ਭਾਗੀ ਪਾਈਆ ਗੁਰਪੁਰਬ ਭਾਗੀ ਪਾਈਆ ਗੁਰਪੁਰਬ ਭਾਗੀ
ਕਦੇ ਦੁਨੀਆਂ ਨੇ ਕਹਿ ਰਹੀ ਉਹ ਇਨਸਾਨ ਦਾ ਪਰ ਪਾਰਾ ਵਚਨ ਹੈ ਜਿਹੜਾ ਸਿਆਣਿਆਂ ਪਿੱਛਿਆਂ ਦਾ ਗੁਰਬਾਣੀ ਦਾ ਵਚਨ ਆਪਣੇ ਹਿਰਦੇ ਚ ਵਿਛਾ ਦਿੰਦਾ। ਇੱਕ ਆਪਣੇ ਜੋ ਗੁਰਮੁਖ ਜਾਤ ਹੈ ਤਾਂ ਕਿ ਜਗਮ ਰਸੋਈ ਇਹ ਮਨ ਖਰਜ ਹੈ ਕਿੱਥੇ ਖਰਜ ਹੈ ਇਹਦਾ ਬੇੜਾ ਪਾਰ ਹੋ ਜਾਂਦਾ। ਉਹ ਮਹਾਂਪੁਰਖਾਂ ਨੇ ਚੰਗੇ ਰਚਨ ਸੱਚ ਬੋਲਣਾ, ਨੂੰ ਆਰਾਮ ਨਹੀਂ ਕਰਨਾ, ਗਊ ਜੀਵ ਤੇ ਰਹਿਮ ਕਰਨਾ ਇਹ ਦੱਸਣ ਲੱਗੇ ਤੇ ਨਾਲੇ ਵੀ ਹੈ ਮਹਾਰਾਜ ਦਿੱਤਾ ਸੀ ਮੁਕੀ ਦਿਨ ਨਾਲ ਰਿਹਾ ਸਾਹਿਬ ਨੇ ਜਦ ਵੀ ਬੋਲਣ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਸ਼ਬਦ ਰਵਾਦਨਾ ਇੱਕ ਹੀ ਬੋਲਣੇ ਸਤਿ ਜਿਹੜਾ ਵਚਨ ਤੁਹਾਡਾ ਰੱਬ ਨੇ ਕਹਿਣ ਦੇ ਉਹਦਾ ਬੇੜਾ ਭਗਤ ਤੋਂ ਪਾਰ ਹੋ ਜਾਂਦਾ। ਜੇ ਵਾਦੀਆਂ ਘਾਟੀਆਂ ਆਪਣੀਆਂ ਭਰਨੀਆਂ ਕਹਿਣਗੇ ਜੋ ਕਿ ਵਾਦੀਆਂ ਘਾਟੀਆਂ ਕਰਦਿਆਂ ਢੇਕ ਲਾ ਕੇ ਨਵੇਂ ਚੋਲ ਆਰੰਭ ਕਰਦਾ ਢੇਕ ਲਾਉਂਦੇ ਕਿਸੇ ਕਾਲ ਤੋਂ ਜਦ ਢੇਕ ਲਾਉਂਦਾ ਹੈ ਢੇਕ ਦਿਖਾਏ ਗਲਤ ਤੋਂ ਲੋਕਾਂ ਤੋਂ ਬਸ ਕੀ ਅੰਤ ਕਾਲ ਕਾਫੀ ਕਦੇ ਬਾਹਰ ਨਰਕ ਨੇ ਉੱਥੇ ਨਰਕਾਂ ਨੂੰ ਜਾਣਗੇ ਜਿਹੜੇ ਢੇਕ ਲਾ ਕੇ ਕਹਿਣਾ ਕੁਛ ਹੋਰ ਹੈ ਕਰਨਾ ਕੁਛ ਹੋਰ ਇਸ ਕਰਕੇ ਦੱਸਦੇ ਆਤਮ ਸਵੇਰੇ ਰੋਗ ਨੂੰ ਕੇ ਨਾਲੇ ਦਸ ਕੀਰਤਨ ਕਰਨ ਨਾ ਕੱਚੇ ਪਰਚਨ ਨੇ ਪ੍ਰਦੇਸ਼ ਕਰਨਾ ਆਹ
अपना जब तक सानू अपनी धरती कह आया
ਆਪੋ ਆਪਣੀ ਕਹਿੰਦੇ ਸਾਨੂੰ ਮਾਹੌਲ ਕਰਦਾ ਕਿ ਰਾਜੇ ਦੇ ਮਿਲਣ ਵਾਲਾ ਸੱਜਣ ਦਿੱਤਾ
ਇਹਨੇ ਕਹਿੰਦਾ ਗਿਆ ਸਾਧਨ ਜਾਂ ਕਹਿੰਦਾ ਗਿਆ ਪੰਜ ਚਾਰ ਦਾ ਤਾਂ ਰੁਕਿਆ ਪਰ ਮੈਨੂੰ ਇਹੀ ਗੱਲ ਲੱਗਿਆ ਮੈਂ ਜੋ ਅੰਦਰ ਗਿਆ ਬਾਦਸ਼ਾਹ ਦੇ ਅੰਦਰ ਜਾ ਕੇ ਜੋ ਸਾਜੋ ਸਮਾਨ ਬੰਨਾ ਕੀ ਬੰਨਿਆ ਰਾਤ ਸੁੱਤਾ ਪਿਆ ਵੀ ਹਾਜ਼ੀ ਅੱਧਾ ਮੌਤ ਨਹੀਂ ਦੱਸਿਆ ਸਾਰਾ ਸਮਾਨ ਬੰਨਿਆ ਕੱਪੜੇ ਜੋ ਪਿੱਛੇ ਮੁੜਨ ਲੱਗਿਆ ਉਹਨੇ ਕਿਹਾ ਬਾਦਸ਼ਾਹ ਨੇ ਘਰ ਆਏ ਚੰਗੀਆਂ ਚੰਗੀਆਂ ਵਸਤੂਆਂ ਹੁੰਦੀਆਂ ਨੇ ਕੁਛ ਛੱਡ ਦੀ ਵਸਤੂ ਛੱਡੀ ਮਾਰ ਕੇ ਲਗਾਈ ਬੋਲੀ ਜਿਸਮੀ ਦੇਵੀ ਚੂਰਨ ਦੀ ਸਾਧੀ ਉਹ ਚੂਰਨ ਹੱਥੇ ਪਾ ਕੇ ਫਾਟਾ ਮਾਰਿਆ ਨੂਨ ਖਾ ਲਿਆ ਆਪਣੇ ਕੱਪੜੇ ਚੋ ਸਮਾਨ ਸਮਾਨ ਤਨ ਮੰਨਿਆ ਸੀ ਉਹ ਕੱਪੜਾ ਵੀ ਨਹੀਂ ਖੋਲਿਆ ਉਹਨੇ ਜੋ ਪਿੱਛੇ ਲੈ ਗਿਆ ਲੋਟਿਆ ਵਾਸਤਾ ਦੇਖਦਾ ਕਿ ਚੋਰ ਅੰਦਰ ਆਇਆ ਲਗਿਆ ਕੁਛ ਨਹੀਂ ਆਪਣੇ ਕੱਪੜੇ ਬੰਨ ਕੇ ਛੱਡ ਗਿਆ ਕਿਸੇ ਦੇ ਪਿੰਡ ਫੜ ਲਏ ਦਸ ਲੰਬਰੀਏ ਹੋਰ ਬੱਚੇ ਨੌਜਵਾਨ ਫੜ ਕੇ ਕੁੱਟਣੇ ਸ਼ੁਰੂ ਕੀਤੇ ਸੇਵਨ ਹੋਏ ਲੱਗਿਆ ਪਤਾ ਵੀ ਤੇਰੇ ਪਿੱਛੇ ਤਾਂ ਚੰਗੀਆਂ ਚੰਗੀਆਂ ਵੀ ਖਾ ਲੈਣਗੇ ਚੰਗੇ ਚੰਗੇ ਦਸ ਲੰਬਰੀਏ ਚੰਗੇ ਚੰਗੇ ਸਿਆਣੇ ਹੋਰ ਤੋਂ ਇਮਾਨ ਖਾ ਲਏ ਬੱਚੇ ਖਾ ਲਏ ਤੇ ਮੇਰੇ ਆਏ ਨੇ ਚੋਰੀ ਦਾ ਸਤਸੰਗ ਜੀ ਆਪ ਗਿਆ ਅੰਦਰ ਬਾਦਸ਼ਾਹ ਦੇ ਕੋਲ ਆਪ ਗਿਆ ਕਹਿੰਦੇ ਬਾਦਸ਼ਾਹ ਪੁੱਛਿਆ ਕੀ ਗੱਲ ਸੁਣਾਏ
ਇਲੈਕਸ਼ਨ ਆ ਕੇ ਕਦੇ ਨੀ ਕਹਿੰਦਾ ਮੈਂ ਚੋਰ ਹੈ ਸਰ, ਕਹਿੰਦਾ ਮੈਂ ਪੁੱਛਦਾ ਨਹੀਂ, ਕਹਿੰਦਾ ਮਹਿਲਾ ਜਾਇਆ, ਮੈਂ ਕਹਿੰਦਾ ਇਹ ਚੋਰ ਹੈ, ਮੈਂ ਚੋਰ ਪੁੱਛੇ ਬਾਬੀ ਨੇ ਮੁੰਡਾ ਪੁਸ਼ਾਕ ਦੇਖ ਕੇ, ਸੁਣ ਦੇ ਸਮਾਂ ਦਾ ਸੋਟਾ ਦੇਖ ਕੇ, ਚੰਗਾ ਚੋੜਾ ਦੇਖ ਕੇ, ਚੰਗੀ ਵਰਦੀ ਦੇਖ ਕੇ, ਚੰਗਾ ਚੋੜਾ ਦੇਖ ਕੇ, ਦੇਖ ਤਾਂ ਕਿ ਮਾਰਾ ਤੁਹਾਡਾ ਕੋਈ ਅੰਗ ਸਾਜ ਹੈ, ਜੇ ਸਾਨੂੰ ਤੁਹਾਡਾ ਨਾ ਪ੍ਰਸਾਦ ਵੀ ਅਸੀਂ ਘੇਰ ਲਿਆ, ਜੇ ਰੋਕ ਲਿਆ ਸਾਨੂੰ ਨਾ ਤੂੰ ਸਾਨੂੰ ਔਖੇ ਹੋਵੇ, ਇਹਨੂੰ ਤੂੰ ਦੇਖੀਏ ਨਾ ਚੋੜਾ ਵਾ। ਹਾਂ ਕਹਿੰਦਾ ਜੀ ਮੈਂ ਚੋਰ ਹੈ, ਚੋਰ ਮੈਂ ਚੋਰ ਹੈ। ਹੋਰ ਕਹਿਣ ਲੱਗੇ ਗਲੀ ਮੰਨੀ ਪਈ, ਹਾਂ ਜੇ ਚੰਗੇ ਸੂਝ ਚੰਗੇ ਕੀ ਖਾਣ ਪਾਣ ਅੱਛਾ ਸੀ, ਮਿਲ ਵਾਸਨ ਚੰਗਾ ਕੀਤਾ, ਅਸੀਂ ਕੀ ਕਹੀ ਜੇ ਘੇਰ ਲੈਂਦੇ ਤਾਂ ਤੂੰ ਸਾਨੂੰ ਫਿਰ ਤਾੜਨਾ ਕਰਦਾ, ਜੇ ਇਹ ਤਾਂ ਮਿਲਾਂਗ ਸਾਧਦੀ ਅੱਛਾ ਵੀ ਚਲ ਅੱਛਾ ਐਂ ਦੱਸ ਕੇ ਤੂੰ ਅੰਦਰ ਆ ਗਿਆ ਤਾਂ ਸਾਨੂੰ ਸਮਾਨ ਆਪਣੇ ਕੱਪੜੇ ਚ ਬੰਨ ਲਿਆ ਤੇ ਤੂੰ ਚੱਕ ਕੇ ਹੀ ਲੈ ਗਿਆ। ਉਹ ਕਹਿੰਦਾ ਮਹਾਰਾਜ ਜੀ ਮੈਨੂੰ ਇਹ ਦੁੱਧਾ ਉਪਦੇਸ਼ ਹੈ ਵੀ ਸੱਚ ਬੋਲਣੇ ਨੂੰ ਆਰਾਮ ਨੂੰ ਕਰ, ਮੈਂ ਤੇਰੀ ਦਵਾਈ ਜੋ ਕਰਕੇ ਪੂਰਨ ਖਾ ਲਿਆ ਘੋੜਾ ਚ ਬੰਦੇ ਜਦੇ ਗੁਰੂ ਦਾ ਵਚਨ ਚੇਤੇ ਆ ਗਿਆ, ਗੁਰੂ ਦਾ ਵਚਨ ਕਿਹਾ ਤਾਂ ਨਿਸਤਾਰਾ ਇਨਸਾਨ ਗੁਰੂ ਦੇ ਵਚਨ ਦੁਆਰਾ ਕਰ ਦਿੱਤਾ ਸਾਹਿਬ। ਅੱਛਾ ਮੈਂ ਤਾਂ ਵਚਨ ਨਹੀਂ ਬੋਲੀ ਮੁੜ ਕੇ, ਇਹ ਕਹਿੰਦੇ ਵਚਨ ਕਹਿੰਦੇ ਵੀ ਤੂੰ ਹੁਣ ਕਿਵੇਂ ਆ ਗਏ, ਤੈਨੂੰ ਕਦੇ ਤੇ ਕੀ ਹੋਊਗਾ। ਕਹਿੰਦਾ ਹਾਂਜੀ ਮੈਨੂੰ ਗੁਰੂ ਨੇ ਕਿਹਨੂੰ ਰੱਖੀ ਦਿੱਤੇ, ਭਾਈ ਸੱਚ ਬੋਲਣੇ ਮੈਨੂੰ ਆਰਾਮ ਨਹੀਂ ਕਰਨਾ, ਗੁਰੂ ਜੀ ਤੇ ਰਹਿਣ ਕਰ, ਮੈਂ ਕਿਸੇ ਜਗ੍ਹਾ ਤੇ ਆ ਗਿਆ, ਐ ਰਾਜੂ ਜੋ ਤਾਂ ਹੁਣ ਮੈਨੂੰ ਕਰਨਾ ਕਰ, ਜੋ ਤਾਂ ਮੈਨੂੰ ਫਤਵਾ ਲਾਉਣੇ, ਜੋ ਤਾਂ ਮੈਨੂੰ ਸਜ਼ਾ ਦੇਣੀ ਹੈ ਦੇ ਲੈ, ਪਰ ਮੇਰੇ ਗੁਰੂ ਦਾ ਵਚਨ ਹੈ। ਕਹਿਣ ਲੱਗਾ ਇਹ ਜੋ ਗੁਰਦੇਵ ਕਿਹੜਾ ਕੌਣ ਹੈ, ਨਾ ਕਹਿੰਦੀ ਚੋਰੀ ਤੇ ਹਟਾਇਆ, ਸੱਚ ਨੂੰ ਸੱਚ ਵੀ ਚੋਰੀ ਨਹੀਂ ਹੈ, ਮੂਲ ਆਰਾਮ ਚ ਚੋਰੀ ਨਹੀਂ, ਗੁਰੂ ਵੀ ਗੁਰੀ ਤੇ ਰਹਿਣ ਕਰੇ ਚੋਰੀ ਨਹੀਂ, ਜੇ ਗੁਰੂ ਗੁਰੀ ਤੇ ਰਹਿਣ ਕਰਦਾ ਆਪੇ ਤੇ ਕੁਰਬਾਨੀ ਕਰਦਾ ਆਪਣੀ, ਉਹ ਮਾੜਾ ਕਿਵੇਂ ਹੋ ਸਕਦਾ, ਬਾਦਸ਼ਾਹ ਮੋਹਨ ਹੋ ਗਿਆ ਸੱਚ ਨੂੰ। ਕਹਿੰਦੇ ਚੰਗਾ ਦੇ ਚੰਗਾ ਸੁੰਦਰ ਕਮਰਾ ਦੇਖਦਾ, ਚੰਗੀਆਂ ਮੋਤੀ ਰਸਤਾਂ ਰਸਤਾਂ ਲਾ ਦੀਆਂ, ਜੇ ਮੈਨੂੰ ਆਪਣੇ ਗੁਰੂ ਨੂੰ ਬਣਾ ਦਾ ਇਹ ਬਚਨ ਕੀਤਾ, ਮੈਨੂੰ ਆਪਣੇ ਗੁਰਦੇਵ ਦੇ ਦਰਸ਼ਨ ਕਰਾ ਤੇ ਮੈਂ ਵੀ ਮੇਰਾ ਵੀ ਜਿਹੜਾ ਭਗਤਾ ਦੇ ਤੁੰਗ ਪਾਰ ਸੰਗ ਚ ਬਣਿਆ ਭਾਗਾਂ ਵਾਲੇ ਲੋਕਾਂ ਨੂੰ ਮਿਲਦੀ ਹੈ। ਗੁਰੂ ਕੀ ਸੰਗ ਮੇਰੇ ਮਾਧੋ ਕੀ ਸਤਸੰਗ ਚ ਮੇਰੇ ਸੋਲ ਕਰਿਆ ਸੰਗਤ ਮੈਨੂੰ ਮਿਲੀ ਹੈ, ਔਰ ਸਮਾਂ ਹੋ ਗਿਆ ਚਾਰ ਦਸ ਇੱਕ ਕੱਲ ਨੂੰ ਪਸੰਦ ਕੇ ਸਮਾਂ ਦਿੱਤਾ ਸੀ, ਔਰ ਕਾਰਨ ਕਰਕੇ ਦੁੱਖ ਦੁੱਖ ਦਿੱਤਾ ਸਤਸੰਗ ਸੰਗ ਚ ਹੋਣੀ ਚਾਹੀਦੀ ਹੈ, ਸੰਗ ਚ ਬੜਿਆਂ ਭਾਗਾਂ ਵਾਲੇ ਜੀਵਨ ਹੁੰਦੇ ਹੈ, ਮੇਰੀ ਭਾਗਾਂ ਸਦਨੀਆਂ ਲੱਭੇ ਵੀ ਸੰਗ ਮੈਂ ਸੀਜਿਆ ਵੀ ਹੈ, ਸੰਗ ਤੋਂ ਬਿਨਾਂ ਤਮਲੀਨ ਆਦਮੀ ਜੋ ਕਿ ਸੰਗਤ ਨਹੀਂ ਕਰਦਾ ਉਹਦੇ ਮਨ ਨੂੰ ਆਦ ਗਿਆ ਤਾਂ ਆਦ ਮਾਰ ਲੈਂਦੀ ਹੈ, ਐਵੇਂ ਜਾਂਦਾ ਸਾਜੀ ਤੌਰ ਤੇ ਦੋ ਮਿੰਟ ਇੱਕ ਮਿੰਟ ਵੀ ਮੱਥਾ ਦੇ ਕੇ ਬੈਠ ਨਹੀਂ ਸਕਦਾ, ਗੁਰਬਾਣੀ ਸਰਵਨ ਨਹੀਂ ਕਰ ਸਕਦਾ, ਸੇਵਾ ਕਰ ਨਹੀਂ ਸਕਦਾ। ਜੇ ਸਮਾਂ ਆਉਂਦਾ ਤਾਂ ਹੋਰ ਗੱਲਾਂ ਕਹੀ ਜਾਊ, ਘਰ ਦੀਆਂ ਗੱਲਾਂ ਇਤਿਹਾਸ ਵੀ ਘਰ ਦੀਆਂ ਵੀ ਹੁੰਦੀ ਹੈ, ਲੋਕਾਂ ਤੋਂ ਮਨ ਦੀ ਗੱਤੀ ਨਹੀਂ ਲਾਉਣੀ ਜਿਸ ਵਾਸਤੇ ਅਸੀਂ ਆਏ ਹਾਂ, ਇਸ ਕਰਕੇ ਇਹ ਸੰਗਤ ਹੋਣੀ ਚਾਹੀਦੀ, ਜਿਹਨੇ ਸੰਗਤ ਨੂੰ ਸੁੱਤਾ ਪਿਆ ਮਨ ਦਾ ਵਿਹਰੇ ਹੁਣ ਨਹੀਂ ਜਾਗਦਾ, ਜੇ ਕਿੰਨੀਆਂ ਲੋਕਾਂ ਨੂੰ ਹੁੰਦੀ ਹੈ ਸੰਗਤ ਤੇ ਇਹ ਨਹੀਂ ਲੱਗਦਾ ਪਤਾ ਵੀ ਇਹ ਕਰਮ ਕਰਨ ਵਾਲਾ ਹੈ, ਕਰਮ ਕਰਨਾ ਚਾਹੀਦਾ ਹੈ, ਜਿਹਨੇ ਤੇ ਸੰਗਤ ਨਹੀਂ ਕਰਦਾ ਇਹ ਤਾਂ ਆਦ ਗਿਆਨ ਲਿਬੜਿਆ ਹੋਇਆ ਆਇਆ ਚਾਹੇ ਸੰਕਰਮ ਸੰਗ ਰੱਬ ਦੇ ਕਹਿਣ ਦੀ ਕਹੀ ਕਰਨ ਵਾਸਤੇ ਆਇਆ, ਇੱਥੇ ਹੀ ਤਾਂ ਮਾਇਆ ਦੇ ਜਾਲ ਚੁੱਕਿਆ ਗਿਆ, ਇਸ ਮਾਇਆ ਨੇ ਇਹਨੂੰ ਕਿੱਥੇ ਪਹੁੰਚਾਉਣੇ ਅੰਤ ਨੂੰ ਬਸਾਂ ਪੂਰੀ ਬਸ ਆਦਰਾ ਉੱਥੋਂ ਸਾਹਮਣੇ ਬੋਲੀ ਉਹਨੇ ਮਲਿਕ ਦੇ ਕੇ ਸਤਿ ਸ੍ਰੀ ਅਕਾਲ ਫਤਿਹ ਬੁਲਾ ਕੇ ਦੱਕੇ ਸਿੱਖ ਕੇ ਕਰ ਨੂੰ ਉਹਨਾਂ ਤੋਂ ਦੇਣ ਨੂੰ ਖੁਸ਼ੀ ਨਹੀਂ ਹੈ, ਜਿਹਨੇ ਜਾਂਦੇ ਹੈ ਜਿਹਨੇ ਕਰਮ ਬੋਲਦੇ ਹੈ, ਜਦ ਵੀ ਕੋਈ ਜਾਂਦਾ ਸੰਸਾਰ ਤੋਂ ਕਰਮ ਬੋਲਦੇ ਚੰਗਾ ਸੀ ਚੰਗਾ ਸੀ ਚੰਗਾ, ਇਹ ਕਿ ਜੇ ਨਹੀਂ ਕਹਿ ਗੁਰਤੀ ਬਈ ਬਹੁਤ ਮਾੜਾ ਕਿ ਚੰਗਾ ਹੋ ਗਿਆ ਭਾਊ ਪੈ ਗਿਆ ਬਹੁਤ, ਇਹ ਦੋ ਗੱਲਾਂ ਤੁਹਾਨੂੰ ਕਹੀਆਂ, ਨਾਮ ਤੋਂ ਬਿਨਾਂ ਸੰਸਾਰ ਤੋਂ ਅੱਗੇ ਖਾਲੀ ਜਾਣ ਵਾਲੀ ਸਾਧਨ ਕਰਨੇ ਬਿਨ ਭਜਨ ਦੁਖੀਆ ਸਭ ਵਿਸ਼ਾਲ
ਨਾਮ ਕੁਮਾਰ ਦਾ ਨਾਮ ਸੀ ਧੰਨ, ਇਹ ਨਾਮ ਤਾਂ ਵਾਹਿਗੁਰੂ ਨਾਮ ਨਹੀਂ ਜਾਣਦਾ ਸੀ। ਇਸ ਕਰਕੇ ਆਓ ਪਿਆਰ ਸੁਣਾ ਲੈ ਕੇ ਆਪਣੇ ਚੋਲੇ ਚ ਪਾ ਲੈਣ ਸਾਹ ਜ਼ਿੰਦਗੀ ਹੋਰ ਬਣਾ ਲੈਣ ਇਹ ਵੀ ਨਹੀਂ
शुभ कर्म द्वारा जीवनी संसार को भाव लहा लेके जाए।